ਜ਼ਿਲ੍ਹਾ ਹੁਸ਼ਿਆਰਪੁਰ ਦੇ ਅੰਦਰ ਹੁਣ ਤੱਕ ਅਸੀਂ 2048 ਸੈਂਪਲ ਜਿਹੜੇ ਆ ਉਹ ਟੈਸਟ ਕਰ ਚੁੱਕੇ ਹਾਂ ਅਤੇ ਸਾਡੇ ਜਿਹੜੇ 111 ਜਿਹੜੇ ਪੋਜ਼ਿਟਿਵ ਕੇਸ ਆਏ ਹੈ ਜਿਹੜੇ 5 ਡੈਥਸ ਨਾਲ ਹੋਈ ਹੈ ਔਰ 1822 ਸੈਂਪਲ ਸਾਡੇ ਜਿਹੜੇ ਆ ਉਹ ਹੁਣ ਤੱਕ ਨੈਗੇਟਿਵ ਆ ਚੁੱਕੇ ਹੈ ਔਰ 86 ਸੈਂਪਲ ਐਸੇ ਜਿਨ੍ਹਾਂ ਦੀ ਰਿਪੋਰਟ ਹਾਲੇ ਆਉਣੀ ਬਾਕੀ ਹੈ ਔਰ ਇਹਨਾਂ 'ਚੋਂ ਜਿਹੜੇ ਕੱਲ੍ਹ ਸੈਂਪਲ ਭੇਜੇ ਸੀਗੇ ਉਹਨਾਂ 'ਚੋਂ ਸਾਡੇ 4 ਸੈਂਪਲ ਪੋਜ਼ਿਟਿਵ ਆਏ ਨੇ ਜੋ ਕਿ ਪੇਸ਼ੈਂਟ ਲਖਵਿੰਦਰ ਸਿੰਘ ਹੈ ਉਹਨਾਂ ਦੇ ਕੰਟੈਕਟ ਟਰੇਸਿੰਗ ਦੇ ਵਿੱਚ ਇਹ ਟੈਸਟ ਕੀਤੇ ਸੀਗੇ ਔਰ ਇਹ 4 ਪੇਸ਼ੈਂਟ ਪੋਜ਼ਿਟਿਵ ਆਏ ਹੈ ਔਰ ਇਹਨਾਂ ਦੇ ਨਾਲ ਹੀ ਜੋ ਅਸੀਂ ਅਪੀਲ ਕਰਦੇ ਹਾਂ ਲੋਕਾਂ ਨੂੰ ਕਿ ਜੋ ਵੀ ਬਾਹਰ ਨਿਕਲਣ ਤਾਂ ਆਪਣਾ ਮਾਸਕ ਲੈ ਕੇ ਬਾਹਰ ਨਿਕਲਣ ਤਾਂ ਕਿ ਜਿਹੜਾ ਉਹਨਾਂ ਨੂੰ ਵੀ ਫਾਇਦਾ ਹੋਵੇ ਅਤੇ ਦੂਸਰੇ ਲੋਕਾਂ ਨੂੰ ਵੀ ਜਿਹੜੀ ਟਰਾਂਸਮਿਸ਼ਨ ਹੈ ਉਹ ਰੁਕ ਸਕੇ। ਥੈਂਕ ਯੂ।